ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ। ਹਰ ਰੋਜ਼ ਦੀ ਤਰ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਵੱਡੀਆਂ ਅਪਡੇਟਸ ਕਵਰ ਕਰਾਂਗੇ। ਬੋਹੀਮੀਆ ਦੀ ਸੋਲੋ ਐਲਬਮ ਰਿਲੀਜ਼ ਹੋ ਚੁੱਕੀ ਹੈ, ਰੈਪ ਸਟਾਰ ਰੀਲੋਡਡ ਟਾਈਟਲ ਦੇ ਨਾਲ। ਨਾਲੇ ਦੋਸਤੋ, ਕੋਰਾ ਵਾਲੇ ਮਾਨ ਦੇ ਨਵੇਂ ਗਾਣੇ ਚਰਚੇ ਦਾ ਟੀਜ਼ਰ ਸ਼ੇਅਰ ਹੋ ਚੁੱਕਿਆ ਹੈ। ਗਾਣਾ 24 ਅਪ੍ਰੈਲ ਨੂੰ ਰਿਲੀਜ਼ ਹੋਏਗਾ। ਇਸਦੇ ਇਲਾਵਾ ਪਵਿੱਤਰ ਲਸੋਈ ਅਤੇ ਦੀਪਕ ਢਿੱਲੋਂ ਦਾ ਗਾਣਾ ਸ਼ਰੀਕਾ ਟਾਈਟਲ ਦੇ ਨਾਲ ਅੱਜ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦੀ ਵੀਡੀਓ ਰਿਲੀਜ਼ ਹੋ ਚੁੱਕੀ ਹੈ। ਅੱਗੇ ਵੱਧਦੇ ਤਾਂ ਗੱਲਬਾਤ ਸਿੰਘੀ ਦੀ ਕਰ ਲੈਂਦੇ ਹਾਂ। ਸਿੰਘਾ ਦੋਸਤੋ, ਸੋਸ਼ਲ ਮੀਡੀਆ ਦੇ ਉੱਤੇ ਕੰਟਰੋਵਰਸੀ ਨੂੰ ਲੈ ਕੇ, ਸੋਸ਼ਲ ਇਸ਼ੂਜ਼ ਨੂੰ ਲੈ ਕੇ ਅਕਸਰ ਹੀ ਬੋਲਡਲੀ ਗੱਲਬਾਤ ਕਰਦੇ ਨੇ। ਸਿੰਘੀ ਦੀ ਇੱਕ ਇੰਸਟਾਗ੍ਰਾਮ ਸਟੋਰੀ ਨਿਕਲ ਕੇ ਸਾਹਮਣੇ ਆਉਂਦੀ ਹੈ। ਉਹਨਾਂ ਨੇ ਲਿਖਿਆ, ਸਾਡੀ ਇੰਡਸਟਰੀ ਵਿੱਚ ਵੀ ਚਵਲ ਜਨਾਨੀਆਂ ਦੀ ਘਾਟ ਨਹੀਂ। ਨਾਲੇ ਉਹਨਾਂ ਨੇ ਇਸ ਤੋਂ ਬਾਅਦ 2-4 ਸਟੋਰੀਆਂ ਹੋਰ ਸ਼ੇਅਰ ਕੀਤੀਆਂ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਬਾਕੀ ਇੱਥੇ ਹੱਦ ਤੱਕ ਇਹ ਨਹੀਂ ਪਤਾ ਵੀ ਸਿੰਘੇ ਵੱਲੋਂ ਕਿਹਨੂੰ ਰਿਪਲਾਈ ਕੀਤਾ ਗਿਆ ਹੈ। ਜੇਕਰ ਕਿਸੇ ਨੂੰ ਕੁਛ ਹੈਗੀ ਜਾਣਕਾਰੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਅੱਗੇ ਵੱਧਦੇ ਤਾਂ ਗੱਲਬਾਤ ਬਾਈ ਸਿੱਧੂ ਮੂਸੇਵਾਲੇ ਬਾਈ ਦੀ ਕਰ ਲੈਂਦੇ ਹਾਂ। 410 ਗਾਣਾ ਰਿਲੀਜ਼ ਕੀਤਾ ਗਿਆ ਹੈ ਸਿੱਧੂ ਮੂਸੇਵਾਲੇ ਅਤੇ ਸਨੀ ਮਾਲਟਨ ਦਾ। ਗਾਣਾ ਜਿੱਥੇ ਦੋਸਤੋ ਰੀਲਸ ਵਗੈਰਾ ਦੇ ਉੱਤੇ ਟ੍ਰੈਂਡ ਕਰ ਰਿਹਾ ਹੈ, ਉੱਧਰ ਹੀ ਗਾਣੇ ਦੀਆਂ ਵਧੀਆ ਸਟ੍ਰੀਮਸ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ। ਗਾਣੇ ਦੇ ਉੱਤੇ 5 ਮਿਲੀਅਨ ਸਟ੍ਰੀਮਸ ਪੂਰੀਆਂ ਹੋ ਚੁੱਕੀਆਂ ਨੇ। ਗਾਣੇ ਦਾ ਮਿਊਜ਼ਿਕ ਦੇਣ ਵਾਲੇ ਆਫ ਗ੍ਰੈਡ ਦੇ ਵੱਲੋਂ ਇਸਦੇ ਬਾਰੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਗਈ। ਇਹਦੇ ਨਾਲ ਦੋਸਤੋ ਸਿੱਧੂ ਦੇ ਨਾਲ ਮੂਸ ਟੇਪ ਦੇ ਵਿੱਚ ਅਸ ਗਾਣੇ ਦੇ ਵਿੱਚ ਰਾਜਾ ਕੁਮਾਰੀ ਨੇ ਕਲੈਬਰੇਸ਼ਨ ਕੀਤੀ ਸੀ। ਰਾਜਾ ਕੁਮਾਰੀ ਦੋਸਤੋ ਪੰਜਾਬ ਆਏ ਹੋਏ ਨੇ, ਮੋਹਾਲੀ ਤੋਂ ਉਹਨਾਂ ਨੇ 2-3 ਸਟੋਰੀਆਂ ਆਪਣੇ ਇੰਸਟਾਗ੍ਰਾਮ ਦੇ ਉੱਤੇ ਸ਼ੇਅਰ ਕੀਤੀਆਂ। ਸਿੱਧੂ ਮੂਸੇਵਾਲ ਦਾ ਓਲਡ ਸਕੂਲ ਗਾਣਾ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਪਲੇ ਕੀਤਾ ਹੋਇਆ ਸੀ। ਬਾਕੀ ਦੋਸਤੋ, ਮਿਊਜ਼ਿਕ ਇੰਡਸਟਰੀ ਦੀਆਂ ਡੇਲੀ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਤੁਹਾਨੂੰ ਕਿਸੇ ਨਵੀਂ ਵੀਡੀਓ, ਕਿਸੇ ਨਵੀਂ ਅਪਡੇਟ ਦੇ ਨਾਲ।